ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਪਾਣੀ ਦੇ ਵਿੱਚ ਫਸ ਗਈ ਹੈ, ਜਿਸ ਕਾਰਨ ਇਸ ਕਾਰ ਦੇ ਅੰਦਰ ਪਾਣੀ ਜਮ੍ਹਾਂ ਹੋ ਜਾਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੀਂਹ ਤੋਂ ਬਾਅਦ ਖੜ੍ਹੇ ਪਾਣੀ ਦੇ ਵਿੱਚ ਜਦ ਇਹ ਕਾਰ ਸਵਾਰ ਜਾ ਰਿਹਾ ਹੁੰਦਾ ਹੈ ਤਾਂ ਇਸਦੀ ਕਾਰ ਸੜਕ ਦੇ ਵਿਚਾਲੇ ਫਸ ਜਾਂਦੀ ਹੈ, ਜਿਸ ਕਾਰਨ ਮੌਕੇ 'ਤੇ ਲੰਬਾ ਜਾਮ ਵੀ ਲੰਘ ਜਾਂਦਾ ਹੈ। ਤਾਂ ਦੱਸਦੀ ਕਿ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਜਿਸ ਕਾਰਨ ਸੜਕਾਂ 'ਤੇ ਪਾਣੀ ਖੜ੍ਹਾ ਹੋ ਗਿਆ ਸੀ। ਤਾਂ ਆਮ ਲੋਕਾਂ ਨੂੰ ਕਾਫੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਉੱਥੇ ਹੀ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਦੇ ਵਿੱਚ ਇਹ ਕਾਰ ਫਸ ਜਾਂਦੀ ਹੈ। ਤਾਂ ਫਸਣ ਤੋਂ ਬਾਅਦ ਇਹ ਬੰਦ ਹੋ ਜਾਂਦੀ ਹੈ ਅਤੇ ਸਟਾਰਟ ਵੀ ਨਹੀਂ ਹੁੰਦੀ, ਜਿਸ ਤੋਂ ਬਾਅਦ ਕਈ ਲੋਕਾਂ ਦੇ ਵੱਲੋਂ ਧੱਕਾ ਲਗਾ ਕੇ ਇਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਫਿਰ ਵੀ ਇਸ ਕਾਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਜਿਸ ਤੋਂ ਬਾਅਦ ਟਰੱਕ ਦੇ ਨਾਲ ਟੋਚਨ ਪਾ ਕੇ ਇਸ ਕਾਰ ਨੂੰ ਬਾਹਰ ਕੱਢਿਆ ਜਾਂਦਾ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਸ ਤੋਂ ਬਾਅਦ ਇਹ ਕਾਰ ਬੰਦ ਪੈ ਜਾਂਦੀ ਹੈ, ਤਾਂ ਆਮ ਲੋਕਾਂ ਦੀ ਮਦਦ ਦੇ ਨਾਲ ਚਾਲਕ ਦੇ ਵੱਲੋਂ ਕਾਰ ਨੂੰ ਪਿੱਛੇ ਧੱਕਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਫਿਰ ਵੀ ਇਸ ਕਾਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਫਿਰ ਟਰੱਕ ਦੀ ਮਦਦ ਦੇ ਨਾਲ ਇਸ ਕਾਰ ਨੂੰ ਬਾਹਰ ਕੱਢਿਆ ਗਿਆ। ਅੱਡੇ 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 ਪਿਓ ਆ, ਪਾਣੀ ਇੰਨਾ ਆ, ਸੀਵਰੇਜਾਂ ਦਾ ਇਕੱਠਾ ਹੋਏ ਆ, ਵਧੀਰਾ ਹੈ ਨੀਗਾ ਥੱਲੇ, ਸੀਵਰੇਜ ਦਾ ਪਤਾ ਨਹੀਂ ਟੋਇਆ ਸੀ, ਪਤਾ ਨਹੀਂ ਇੱਦਾਂ ਟੋਇਆ, ਗੱਡੀ ਵਿੱਚ ਡਿੱਪੀ ਫਸ ਗਿਆ ਸਾਡੇ ਸਾਹਮਣੇ। ਦੇਖ ਲਓ ਕਿੱਦਾਂ ਪਾਣੀ ਪਾਣੀ ਹੋਇਆ ਗੱਡੀ ਦੇ ਵਿੱਚ, ਸੱਤ ਅੱਠ ਬੰਦੇ ਅਲਗੇ ਤਾਂ ਨਹੀਂ ਨਿਕਲੀ, ਟੋਚਨ ਪਾ ਕੇ ਗੱਡੀ ਕੱਢੀ ਆ, ਅਤੇ ਸੜਕਾਂ ਦਾ ਇੰਨਾ ਬੁਰਾ ਹਾਲ ਆ ਭਾਅ ਜੀ। ਠੀਕ ਹੈ ਨਾ ਸਰਕਾਰ ਪਿਆ ਜੀ, ਮੀਂਹ ਤਾਂ ਸਾਡੇ ਸਾਹਮਣੇ 10 ਮਿੰਟ 15 ਮਿੰਟ ਪਿਆ, ਪਾਣੀ ਪਾਣੀ ਹੋਇਆ ਪਿਆ। ਜਾਂ ਗੱਡੀ ਜਗ੍ਹਾ ਕੋਈ ਟੂ ਵੀਲਰ ਹੁੰਦਾ, ਬਾਈਕ ਵਗੈਰਾ, ਉਲਟ ਜਾਣਾ ਸੀ ਭਾਅ ਜੀ, ਕੁਛ ਵੀ ਹੋ ਸਕਦਾ, ਐਕਸੀਡੈਂਟ ਹੁੰਦਾ, ਕੋਈ ਥੱਲੇ ਆ ਜਾਂਦਾ, ਹਾਦਸਾ ਹੋ ਸਕਦਾ ਸੀ ਬਹੁਤ ਵੱਡਾ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਇਹੀ ਬਈ ਲਿਆ ਬਈ, ਜਿਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ, ਨਾਨ ਗੈਲੀਆਂ ਇੱਦਾਂ ਦੀਆਂ ਕਰਨ।